ਹੰਮਾ ਕਿੰਨਾ ਤੁਹਾਨੂੰ ਰੱਬ ਤੇ ਇੰਜ ਦਾ ਹੋਣਾ ਚਾਹੀਦਾ। ਅੱਲਾ ਨੇ ਕਿਹਾ ਮੇਰੇ ਮੂਸਾ ਪਰੇਸ਼ਾਨ ਹੈ, ਮੌਲਾ ਅੱਗੇ ਪਾਣੀ ਹੈ, ਲੋਕ ਮੈਨੂੰ ਗੱਲਾਂ ਕਰ ਰਹੇ, ਪਿੱਛੇ ਫਰਾਉਣ ਦੀਆਂ ਫੌਜਾਂ, ਅੱਗੇ ਦਰਿਆ ਦੀਆਂ ਮੌਜਾਂ। ਅੱਲਾ ਨੇ ਕਿਹਾ ਸੋਟਾ ਮਾਰ, ਇਹਨੂੰ ਹੰਮਾ ਕਹਿੰਦੇ ਨੇ। ਮੂਸਾ ਨਬੀ ਸੋਟਾ ਮਾਰਿਆ। ਅੱਲਾ ਨੂੰ ਵੀ ਯਕੀਨ ਸੀ ਕਿ ਮੂਸਾ ਨੇ ਇਹ ਨਹੀਂ ਪੁੱਛਣਾ ਕਿ ਸੋਟੇ ਨਾਲ ਰਾਹ ਬਣਨੇ। ਅੱਲਾ ਨੂੰ ਹੰਮਾ ਸੀ ਅਤੇ ਅੱਲਾ ਨੇ ਕਿਹਾ ਸੋਟਾ ਮਾਰ, ਸੋਟਾ ਮਾਰਿਆ ਅਤੇ ਰਸਤੇ ਬਣ ਗਏ। ਅਯੂਬ ਅਲੈ ਇਸਲਾਮ ਅਤੇ ਅੱਲਾ ਨੂੰ ਹੰਮਾ ਸੀ, ਇੰਨਾ ਵਜ੍ਹਾ ਤਾਂ ਨਾ ਹੂੰ ਸਾਬਿਰਨ। ਫਰਮਾਇਆ ਪੁਲੀਸਾ ਜਿਵੇਂ ਮਰਜ਼ੀ ਅਜ਼ਮਾ, ਮੇਰਾ ਯਾਰ ਤੈਨੂੰ ਮੇਰਾ ਹੀ ਨਜ਼ਰ ਆਏਗਾ। ਹਮੇ ਦੀ ਗੱਲ ਮੈਂ ਇਹ ਤਕਰੀਰ ਸ਼ੁਰੂ ਨਹੀਂ ਕੀਤੀ, ਸਿਰਫ ਸ਼ੇਰ ਜਿਹੜਾ ਪੜ੍ਹ ਰਿਹਾ ਉਹਦੀ ਤਸ਼ਰੀਹ ਕਰ ਰਿਹਾ ਤਾਂ ਕਿ ਲੋਕਾਂ ਨੂੰ ਸਮਝ ਆਏ। ਸ਼ੇਰ ਵੀ ਪੜ੍ਹਨਾ ਅਤੇ ਤਾਂ ਕਿ ਲੋਕਾਂ ਦੇ ਜ਼ਿਹਨ 'ਚ ਗੱਲ ਬੈਠੇ। ਇਹ ਸ਼ੇਰ ਬੇਮਕਸਦ ਨਹੀਂ, ਤਕਰੀਰ ਨਸਰ ਵਿੱਚ ਵੀ ਹੁੰਦੀ ਹੈ ਅਤੇ ਨਜ਼ਮ ਵਿੱਚ ਵੀ ਹੁੰਦੀ ਹੈ। ਨਸਰ 'ਚ ਹੁੰਦੀ ਹੈ ਤਕਰੀਰ ਰਵਾਨਗੀ ਨਾਲ ਅਤੇ ਨਜ਼ਮ 'ਚ ਹੁੰਦੀ ਹੈ ਸ਼ੇਰਾਂ ਨਾਲ, ਅਤੇ ਮੈਂ ਦੋਵੇਂ ਚੀਜ਼ਾਂ ਬਿਆਨ ਕਰ ਰਿਹਾ ਅਤੇ ਮੈਂ ਸ਼ੇਰ ਹੀ ਇਬਤਦਾ 'ਚੋਂ ਪੜ੍ਹਿਆ ਹੈ ਕਿ ਜਿਹਦੇ ਵਿੱਚ ਲੋਕਾਂ ਨੂੰ ਸਮਝ ਆਏ ਸਾਨੂੰ ਉਹਦੇ 'ਤੇ ਹੰਮਾ ਕਿੱਡਾ ਹੈ। ਜ਼ਰਾ ਸੁਣਿਆ ਜੋ, ਹੁਣ ਤਵੱਜੋ ਮੇਰੇ ਵੱਲ ਰੱਖਣਾ ਹੈ। ਜਦੋਂ ਮੈਂ ਕਹਾਂ ਇੱਕ ਵਾਰ ਛੱਡ ਕੇ, ਤੁਸੀਂ ਲਫ਼ਜ਼ ਕੀ ਕਹਿਣਾ ਹੈ? ਲੱਖ ਵਾਰ ਮੰਗ ਲੈ, ਲੈ ਵੀ ਮੈਂ ਵੇਖਣਾ ਤੁਹਾਡੀ ਜ਼ਬਾਨ 'ਚੋਂ ਅੱਜ ਅੱਲਾ ਵਾਸਤੇ ਲਫ਼ਜ਼ ਕਿਵੇਂ ਨਿਕਲ। ਉਹਦੇ ਖਜ਼ਾਨਿਆਂ ਵਿੱਚ ਨਹੀਂ ਕਮੀ ਆਉਂਦੇ, ਵਾਰ ਛੱਡ ਕੇ। ਅੱਲਾ ਵਾਸਤੇ ਜੇ ਅਸੀਂ ਨਹੀਂ ਬੋਲਣਾ, ਬਾਹਰ ਵਾਲੇ ਜਿਹੜੇ ਬੈਠੇ ਕੰਧਾਂ ਗੂੰਜ ਜਾਵਣ, ਆ ਜਿਹੜੇ ਬਰਾਂਡੇ ਵਾਲੇ ਪਰਲੇ ਪਾਸੇ ਨੇ, ਇਹਨਾਂ ਦੀ ਆਵਾਜ਼ ਜੇ ਅੱਜ ਨਾ ਗੂੰਜੀ। ਐ ਮੈਨੂੰ ਕਿਸੇ ਘੜੀ ਦਿੱਤੀ ਹੋਵੇ ਤੋਹਫ਼ਾ, ਉਂਝ ਜਿਹਦੀ ਹਕੂਮਤ ਹੈਗੀ ਹੈ ਇੱਥੇ ਤੋਹਫ਼ਾ ਨਹੀਂ ਮਿਲਦਾ, ਅਤੇ ਮੰਗਣ ਵਾਲਿਆਂ ਦੀ ਹਕੂਮਤ ਆ। ਸਹੀ ਗੱਲ, ਹਾਂਜੀ, ਇੱਥੇ ਅਗਲਿਆਂ ਨੂੰ ਵੀ ਇਹਨੂੰ ਜਿਹੜੀ ਮਿਲੀ ਉਹਨੇ ਉਹ ਵੀ ਲੁਕਾ ਲਈ ਹੈ। ਉਹ ਪੁੱਛਦੇ ਨੇ ਕੀ ਮਿਲਿਆ, ਆਉਂਦਾ ਪਰਦੇ ਦੀ ਬਾਤ ਹੈ। ਹਾਂਜੀ, ਤਵੱਜੋ ਰੱਖੇ, ਇੰਨੇ ਬੰਦੇ ਬੈਠੇ। ਇਹ ਘੜੀ ਕਿਸੇ ਗਿਫਟ ਦਿੱਤੀ ਹੋਵੇ ਤਾਂ ਮੈਨੂੰ ਕਹਿਣ, ਮਜੀਬ ਸਾਹਿਬ ਕਹਿਣ, ਮਦਨੀ ਸਾਹਿਬ ਟਾਈਮ ਦੱਸਣਾ, ਤਾਂ ਮੈਂ ਮੈਨੂੰ ਨਹੀਂ ਪਤਾ, ਉਹਨਾਂ ਨੇ ਘੜੀ ਫੜਾ ਦੇ। ਜੇ ਤੈਨੂੰ ਟਾਈਮ ਦਾ ਨਹੀਂ ਪਤਾ, ਘੜੀ ਉਹਨਾਂ ਸਾਨੂੰ ਫੜਾ। ਜਿਹੜਾ ਬੰਦਾ ਘੜੀ ਦੇਵੇ ਟਾਈਮ ਪੁੱਛ ਸਕਦਾ। ਮੈਂ ਤੁਹਾਡੇ ਕੋਲ ਪੁੱਛਣ ਲੱਗਾ, ਤੁਹਾਨੂੰ ਜ਼ੁਬਾਨ ਕਿਹਨੇ ਦਿੱਤੀ ਹੈ? ਅਤੇ ਜੇ ਉਹਦੇ ਲਈ ਨਾ ਨਾ ਬੋਲੀ, ਉਹ ਵਾਪਸ ਵੀ ਲੈ ਸਕਦਾ ਜੀ। ਅਤੇ ਫਿਰ ਗੂੰਗਿਆਂ ਨੂੰ ਪੁੱਛ ਲਿਆ ਜੇ ਜ਼ਬਾਨ ਦੀ ਕਦਰ ਕੀ। ਲੈ ਹੁਣ ਮੈਂ ਤੁਹਾਡੀ ਵੇਖਣੀ ਤੋਹੀਦ ਨਾਲ ਗੈਰਤ ਕਿੰਨੀ ਉੱਚੀ ਹੈ। ਜ਼ਰਾ ਤੋਹੀਦ ਵਾਸਤੇ ਮੈਂ ਬੁਲਾਉਣਾ, ਬੇਨਿਆਜ਼ ਵਾਸਤੇ। ਜ਼ਰਾ ਠੰਡ ਪੈ ਜਾਵੇ, ਇੰਨਾ ਮਜਮਾ ਹੈ, ਪਤਾ ਲੱਗੇ ਕੰਧਾਂ ਨੂੰ ਕਿ ਉਹਦੀ ਸ਼ਾਨ 'ਤੇ ਜਿਵੇਂ ਸਾਡੇ ਹਮਸਾਇਆ ਮੁਲਕ 'ਚ ਉਸ ਬੱਚੀ ਨੇ ਕਿਹਾ ਹੈ, ਇਹਨਾਂ ਦੀ ਨਾਰਾ ਤਕਬੀਰ ਅੱਲਾਹੁ ਅਕਬਰ, ਉਸ ਬੱਚੀ ਨੇ ਆਵਾਜ਼ ਬੁਲੰਦ ਕਰਕੇ ਪੂਰੀ ਉਮਤ ਦੀਆਂ ਬੇਟੀਆਂ ਦੀ ਗੈਰਤ ਜਗਾਈ ਹੈ ਕਿ ਜਬ ਗੈਰਤ ਕਾ ਮਸਲਾ ਹੋ, ਲਸ਼ਕਰ ਨਹੀਂ ਦੇਖੇ ਜਾਤੇ, ਰਹਿਮਾਨ ਕੋ ਬੁਲਾਇਆ ਜਾਤਾ ਹੈ। ਜਬ ਇੱਜ਼ਤ ਕਾ ਮਸਲਾ ਆ ਜਾਏ ਤੋ ਵੋ ਵੀ ਫਿਰ ਰੋਹ ਪੈਦਾ ਕਰ ਦਿੱਤਾ ਹੈ। ਵੋ ਹਜ਼ਾਰ ਨਹੀਂ ਦੇਖਤਾ, 313 ਕਾ ਇਮਾਨ ਔਰ ਹੰਮਾ ਦੇਖਤਾ ਹੈ। 313 ਨੂੰ ਕਿੰਨੇ ਤੇ ਹੰਮਾ ਸੀ? ਕਿਸੇ ਕੋਲ ਜੁੱਤੀ ਨਹੀਂ ਸੀ, ਕਿਸੇ ਕੋਲ ਕੱਪੜੇ ਨਹੀਂ ਸੀ, ਕਿਸੇ ਕੋਲ ਤਲਵਾਰ ਨਹੀਂ ਸੀ। ਅਦਰ ਤੂੰ ਕਾਸ਼ਾ ਬਿਨ ਮੋਹਸਨ ਕਹਿੰਦੇ ਨੇ, ਮੈਂ ਨਬੀ ਪਾ ਨੂੰ ਕਿਹਾ, ਸੋਹਣੇ ਮੇਰੀ ਤਲਵਾਰ ਟੁੱਟ ਗਈ, ਪਰ ਮੈਂ ਉੱਥੋਂ ਖਜੂਰ ਦੀ ਲੱਕੜੀ ਲਿਆ, ਅਤੇ ਲੱਕੜੀ ਲਿਆ ਕੇ ਅਤੇ ਮੇਰੇ ਨਬੀ ਨੇ ਹੱਥ ਲਾਇਆ। ਅਦਰ ਕਾਸ਼ਾ ਕਹਿੰਦੇ ਨੇ, ਮੇਰੀ ਲੱਕੜੀ ਉਹਨਾਂ ਦੀ ਗਰਦਨ ਦੇ ਕਰੀਬ ਹੀ ਜਾਂਦੀ ਸੀ, ਗਰਦਨ ਪਹਿਲਾਂ ਹੀ ਉੱਠ ਜਾਂਦੀ ਸੀ, ਇੰਝ ਲੱਗਦਾ ਜਿਵੇਂ ਚਮਕਦੀ ਤਲਵਾਰ ਚੱਲਣ ਦਈ ਆ। ਹਜੇ ਤਾਂ ਮੈਂ ਸਿਰਫ ਲਫ਼ਜ਼ ਹੰਮੇ 'ਤੇ ਗੁਫ਼ਤਗੂ ਕਰ ਰਿਹਾ ਹੈ,
ਜਦੋਂ ਹੰਮਾ ਆਵੇ ਉਹ ਕੰਡ ਨਹੀਂ ਲੱਗਣ ਦਿੰਦਾ। ਚਲੋ ਮੈਂ ਨੇੜੇ ਆ ਜਾਂਦਾ, ਆ ਨਾਕੇ ਕਾਬਾਈ ਹਬੀਬੁੱਲਾ ਸਾਹਿਬ ਮੌਲਨਾ ਅਰਸ਼ਦ ਸਾਹਿਬ ਇਹ ਬਜ਼ੁਰਗ ਸਫੇਦ ਦਾੜੀ ਵਾਲੇ ਬੈਠੇ, ਤਾਇਆ ਕੀ ਨਾਮ ਹੈ, ਤਾਇਆ ਤਾਇਆ ਅਨੀਰ ਸਾਹਿਬ ਬੈਠੇ ਨੇ ਸਫੇਦ ਦਾੜੀ ਲੈ ਕੇ, ਤੁਹਾਡੇ ਕੀ ਨਾਮ ਤਾਇਆ, ਅਬਦੁਲ ਜ਼ਾਕ ਸਾਹਿਬ, ਇਹ ਚਾਰ ਬੰਦੇ ਇਹ ਨੱਕ ਚੌਧਰੀ ਮਸੱਲੇ 'ਤੇ ਆਣ ਕੇ ਰਗੜਦੇ ਨੇ ਅਤੇ ਬੇਨਿਆਜ਼ ਦੇ ਅੱਗੇ ਮੈਂ ਸਵਾਲ ਕਰਨ ਲੱਗਾ ਹੈ, ਜ਼ਰਾ ਗੱਲ ਸੁਣਿਆ ਜੇ, ਪਰੇ ਦੇ ਵਿੱਚ ਬੰਦਾ ਬੈਠਾ ਹੋਵੇ ਕਿਸੇ ਨੂੰ ਆਖੇ ਨੱਕ ਨਾਲ ਲਕੀਰ ਕੱਢ ਦੇ, ਉਹ ਆਂਦਾ ਮੈਂ ਕੱਢ ਦਿੰਦਾ, ਉਹ ਕੱਢ ਦਿੰਦਾ ਨਾ ਸਾਰੀ ਪਰੇ ਉਹਦੇ ਵੱਲ ਉਲਟ ਜਾਂਦੀ, ਯਾਰ ਉਹਨੇ ਨੱਕ ਨਾਲ ਲਕੀਰ ਕੱਢ ਦਿੱਤੀ ਹੁਣ ਕੀ ਲੈਣਾ, ਜਾਓ ਅਸੀਂ ਮਾਫ਼ ਕੀਤਾ, ਜਾ ਵੀ ਜਾਓ ਅਸੀਂ ਉਹਨੂੰ ਮਾਫ਼ ਕੀਤਾ। ਓਏ ਬੰਦਾ ਬੰਦੇ ਅੱਗੇ ਭਾਈ ਮਹਿਬੂਬ ਲੱਕ ਨਾਲ ਲਕੀਰ ਕੱਢ ਦੇਵੇ ਬੰਦਾ ਮਿਹਰਬਾਨ ਹੋ ਜਾਂਦਾ, ਜਿਹੜਾ ਬੁੱਢੇ ਬਾਰੇ ਚਿੱਟੀ ਦਾੜੀ ਲੈ ਕੇ ਪੰਜ ਟਾਈਮ ਉਹਦੇ ਅੱਗੇ ਨੱਕ ਨਾਲ ਲਕੀਰ ਕੱਢੇ ਉਹ ਤੇ ਹੈ ਹੀ ਰਹਿਮਾਨ ਹੈ। ਹੰਮਾ ਰੱਖਿਆ ਕਰੋ ਉਹਦੇ ਤੇ। ਕਹਿੰਦੇ ਸੀ ਇੱਕ ਪਿੰਡ ਵਿੱਚ ਡਾਕੂ ਸੀ, ਉਹਨੇ ਦੂਜੇ ਪਿੰਡ ਡਾਕਾ ਮਾਰਿਆ ਅਤੇ ਧੱਜਣ ਦਾ ਵੇਲਾ ਹੋ ਗਿਆ ਅਤੇ ਲੋਕ ਮਗਰ ਲੱਗ ਪਏ ਅਤੇ ਕੰਧ ਉਦੋਂ ਮਸੀਤਾਂ ਦੀਆਂ ਨਿੱਕੀਆਂ ਹੁੰਦੀਆਂ ਸੀ, ਹੁਣ ਤਾਂ ਮਸਤਾਂ ਵਾਲੇ ਤਾਲਾ ਹੱਥ ਫੜ ਕੇ ਖਲੋਤੇ ਹੁੰਦੇ ਨੇ ਵੀ ਕਦੋਂ ਨਮਾਜ਼ੀ ਨਿਕਲਣ ਅਤੇ ਅਸੀਂ ਮਸੀਤਾ ਬੂਹਾ ਮਾਰੀਏ। ਉਦੋਂ ਨਿੱਕੇ ਨਿੱਕੇ ਬੂਹੇ ਮਸਤਾਂ ਦਿੰਦੇ ਸੀ ਨਿੱਕੀਆਂ ਕੰਧਾਂ, ਉਹ ਕੰਧ ਟੱਪ ਕੇ ਡਾਕੂ ਮਸੀਤੇ ਵਾੜ ਆਇਆ। ਡਾਕੂ ਦਾ ਜ਼ੌਕ ਸੀ ਕਿ ਜੇ ਹੁਣ ਮੈਨੂੰ ਬਚਾਇਆ ਤਾਂ ਇਸ ਘਰ ਵਾਲੇ ਨੇ ਬਚਾਉਣਾ, ਪਨਾਹ ਦਿੱਤੀ ਅਤੇ ਇਹਨੇ ਦੇਣੀ। ਉਹਨੇ ਵੁਜ਼ੂ ਵੁਜ਼ੂ ਵੀ ਨਹੀਂ ਸੀ ਕੀਤਾ, ਸਮਾਨ ਚੋਰੀ ਦਾ ਚੁੱਕਿਆ ਸੀ, ਉਹਨੇ ਇੱਕ ਹਨੇਰੇ ਦੀ ਨੁੱਕਰ 'ਚ ਰੱਖ ਦਿੱਤਾ, ਮਗਰ ਬੰਦੇ ਭੱਜੇ ਕਿ ਇੱਥੇ ਵੜਿਆ ਹੈ, ਉਹਨੇ ਤੱਜਤ ਨਹੀਂ ਦਿੱਤੀ। ਦੂਜਾ ਆਖੇ ਇਹੋ ਹੀ, ਉਹਨੇ ਕਿਹਾ ਆ ਕਰ ਤੱਜਤ ਗੁਜ਼ਾਰ ਬੰਦਾ, ਆਪਣਾ ਡਾਕੂ ਉੱਧਰ ਵੜ ਗਿਆ, ਉੱਧਰ ਚਲੀ। ਉਹ ਕੰਧ ਟੱਪ ਕੇ ਪਾਰ ਹੋਏ, ਉਹਨੇ ਰਕੂ ਨਹੀਂ ਕੀਤਾ ਲਾਮਾ ਸਾਹਿਬ, ਸਿੱਧਾ ਸਜਦੇ ਪੈ ਗਿਆ। ਆਂਦਾ ਵਾਹ ਜਾਣ ਵਾਲਿਆ, ਤੈਨੂੰ ਮਨਾਉਣ ਵੀ ਨਾ ਆਈਏ ਤੇ ਬਿਨਾਂ ਵੁਜ਼ੂ ਤੋਂ ਬਚਾ ਲੈਣਾ, ਵੀ ਮੈਂ ਤੇ ਤੈਨੂੰ ਮਨਾਉਣ ਵੀ ਨਹੀਂ ਆਇਆ ਤੇ ਬਚਾ ਲਿਆ ਹੀ, ਤੇ ਜਦੋਂ ਘਰੋਂ ਵੁਜ਼ੂ ਕਰਕੇ ਨੀਅਤ ਕਰਕੇ ਆਵਾਂ। ਅੱਲਾ ਦੱਸਣਾ ਚਾਹੁੰਦਾ ਹੈ ਬੇਅਮਲ ਹੋਣਾ ਹੋਰ ਗੱਲ, ਬੇਜ਼ੌਕ ਨਾ ਹੋਵੇ। ਤੁਹਾਡਾ ਅੱਜ ਜ਼ੌਕ ਮੈਨੂੰ ਦੱਸੇ ਕਿ ਤੁਹਾਡੇ 'ਚ ਅਮਲ 'ਚ ਕਮੀ ਹੈ, ਪਰ ਉਹਦੀ ਜ਼ਾਤ ਵਾਸਤੇ ਤੁਹਾਡਾ ਜ਼ੌਕ ਬੜਾ ਬਾਜ਼ੌਕ ਹੈ, ਜ਼ੌਕ ਤੁਹਾਡਾ ਉਹਦੇ ਵਾਸਤੇ ਉੱਚਾ ਹੋਵੇ। ਹੁਣ ਮੈਂ ਜਦੋਂ ਦੁਬਾਰਾ ਪੜ੍ਹਾਂ, ਠੰਡ ਪੈ ਜਾਵੇ, ਮੈਨੂੰ ਪਤਾ ਲੱਗੇ ਤੁਹਾਨੂੰ ਜ਼ੁਬਾਨ ਅੱਲਾ ਦਿੱਤੀ ਹੈ, ਕੋਈ ਬੱਚਾ ਕੋਈ ਬੂੜਾ ਕੋਈ ਜਵਾਨ ਚੁੱਪ ਨਾ ਰਵੇ, ਉਹਦੀ ਗਵਾਹੀ ਪਾਉਣੀ ਹੈ। ਮੈਂ ਸ਼ੇਰ ਪੜ੍ਹਾਂਗਾ, ਪਤਾ ਲੱਗ ਜੇ ਦੀਵਾਰਾਂ ਨੂੰ, ਉਹਦੇ ਖਜ਼ਾਨਿਆਂ ਵਿੱਚ ਨਹੀਂ ਹਮੀ ਆਉਂਦੀ, ਇੱਕ ਵਾਰ ਛੱਡ ਕੇ। ਮਾਸ਼ਾਅੱਲਾ, ਇਹ ਤੁਹਾਡਾ ਜਿਹੜਾ ਲਫ਼ਜ਼ ਲੱਖ ਹੈ ਨਾ, ਮੇਰੇ ਕੋਲ ਸਹਿਣ ਕਰਾ ਲਓ, ਕਾਰੀ ਸਾਹਿਬ ਦੀ ਗਵਾਹੀ ਜੇ ਮੇਰੇ ਕੋਲ ਸਹਿਣ ਕਰਾ ਲਓ, ਕਿਆਮਤ ਨੂੰ ਜਦੋਂ ਲੱਖ ਤੁਲਨਾ ਹੈ ਨਾ, ਤੇ ਤੁਸੀਂ ਆਖਣਾ ਕਾਸ਼ ਮਦਨੀ ਦੇ ਕਹਿਣ ਤੇ ਪੂਰਾ ਢਿੱਲ ਲਾ ਦਿੰਦੇ। ਓਏ ਹੰਮਾ ਕਿਹਦੇ ਤੇ ਜਗਾਇਆ ਜੇ? ਉਹਦੇ ਤੇ ਜਿਹਦੇ ਖਜ਼ਾਨੇ 'ਚ ਕਮੀ ਆਉਣੀ ਕੋਈ ਨਹੀਂ, ਉਹ ਬੇਨਿਆਜ਼ ਹੈ, ਵਾਧਾ ਉਲਾ ਸ਼ਰੀਕ ਹੈ। ਹੰਮਾ ਜਗਾਇਆ ਹੋਵੇ ਨਾ ਤੇ ਇੰਜ ਦਾ ਜਗਾਇਆ ਕਰੋ, ਕਿੰਜ ਦਾ, ਜ਼ਰਾ ਤਵੱਜੋ ਰੱਖੋ ਬੱਚਿਓ, ਤਵੱਜੋ ਕਰੋ। ਹੰਮਾ ਜਗਾਉਣਾ ਹੋਵੇ ਉਹਦੇ ਤੇ ਅਤੇ ਇੰਜ ਦਾ ਜਗਾਇਆ ਕਰੋ, ਕਿਹਦੇ ਤੇ? ਜ਼ਕਰੀਆ ਅਲੈਹ ਸਲਾਮ ਮਰੀਅਮ ਨੂੰ ਉੱਥੇ ਬੰਦ ਕਰਕੇ ਚਲੇ ਗਏ ਅਤੇ ਜਦੋਂ ਵਾਪਸ ਆਏ ਤਾਂ ਪੁੱਛਿਆ ਕਾਲਾ ਯਾ ਮਰੀਅਮ ਅੰਨਾ ਲਾ ਕੇ ਹਾਜ਼ਾ
ਆ ਬੇਮੌਸਮਾ ਫਲ ਕਿੱਥੋਂ ਆਇਆ? ਬੀਬੀ ਦੁਨੀਆਦਾਰ ਨਹੀਂ ਸੀ, ਉਹ ਕਹਿ ਸਕਦੀ ਸੀ ਕਿ ਮੈਨੂੰ ਭੁੱਖਿਆਂ ਮਾਰ ਕੇ ਤੇ ਹੁਣ ਪੁੱਛਦਾ ਕਿੱਥੋਂ ਆਇਆ, ਤਾਲਾ ਮਾਰ ਕੇ ਚਲੇ ਗਿਆ ਸਾ। ਬੀਬੀ ਬੜੀ ਬਾਜ ਔਖ ਸੀ, ਆਂਦੀ ਏ ਹਜ਼ਰਤ ਜੀ ਤੁਸੀਂ ਕੁੰਡੀ ਮਾਰ ਕੇ ਚਲੇ ਗਏ ਸੋ, ਤੁਹਾਡਾ ਕੰਮ ਸਿਰਫ ਮੇਰੀ ਹਿਫਾਜ਼ਤ ਕਰਨਾ ਹੀ ਸੀ, ਕੁੰਡੀ ਮਾਰ ਕੇ ਚਲੇ ਗਏ। ਜਿਹੜੀ ਗੱਲ ਤੁਸੀਂ ਪੁੱਛਦੇ ਹੋ ਤੁਹਾਡੀ ਡਿਊਟੀ ਨਹੀਂ ਸੀ, ਜਿੰਨੇ ਆਪਣਾ ਪਿਆਲਾ ਪੈਦਾ ਕੀਤਾ ਬੇਨਿਆਜ਼ ਨੇ ਅਸਮਾਨ ਤੋਂ ਬੇਮੌਸਮਾ ਫਲ ਭੇਜ ਕੇ ਆਪਣਾ ਹੱਕ ਅਦਾ ਕਰਤਾ, ਮੇਰੀ ਇੱਜ਼ਤ ਵੀ ਮਹਿਫੂਜ਼ ਰੱਖੀ ਕਿ ਬੇਮੌਸਮਾ ਭੇਜਿਆ। ਮੌਸਮ ਵਾਲਾ ਹੁੰਦਾ ਤੇ ਮੇਰੀ ਇੱਜ਼ਤ ਤੇ ਸ਼ੱਕ ਹੋਣਾ ਸੀ। ਬੀਬੀ ਨੇ ਜ਼ਮੀਨ ਵਾਲੇ ਨੂੰ ਰਾਜ਼ਕ ਮੰਨਿਆ, ਖਾਲੂ ਸਨ, ਨਬੀ ਸਨ, ਤੇ ਹੈ ਵੀ ਉਹਨਾਂ ਦੇ ਬਾਪ ਦੇ ਸਾਂਢੂ ਸਨ। ਬੋਲੋ, ਉਹਨਾਂ ਦੇ ਬਾਪ ਦੇ ਸਾਂਢੂ ਸਨ। ਅੱਜ ਕਿੰਨੀ ਤੋਹੀਦ ਮੈਂ ਤੁਹਾਡੇ ਦਿਲ 'ਚ ਇੱਕ ਸ਼ੇਰ ਤੋਂ ਬਿਠਾ ਰਿਹਾ ਹੈ, ਇੰਨੇ ਨੁਕਤੇ ਬਿਆਨ ਕਰਕੇ ਤੁਹਾਨੂੰ ਉਹਦੀ ਸਮਝ ਆ ਜਾਏ। ਬਾਬਾ ਬੁੱਲਾ ਆਂਦਾ, ਚੱਲ ਬੁੱਲਿਆ ਹੁਣ ਉੱਥੇ ਚੱਲੀਏ ਜਿੱਥੇ ਹੋਵਨ ਅਕਲ ਦੇ ਅੰਨੇ, ਨਾ ਕੋਈ ਸਾਡੀ ਜ਼ਾਤ ਪਛਾਣੇ ਨਾ ਕੋਈ ਸਾਨੂੰ ਮੰਨੇ ਆ। ਕਿਹਦੀ ਪਹਿਚਾਣ ਹੋਵੇ? ਅੱਲਾ ਦੀ। ਉੱਚੀ ਬੋਲੋ, ਕਿਹਦੀ ਪਹਿਚਾਣ ਹੋਵੇ? ਅੱਲਾ ਦੀ ਪਹਿਚਾਣ। ਮੈਂ ਕਿੰਨੇ ਨੁਕਤੇ ਸਮਝਾਤੇ, ਬੀਬੀ ਨੇ ਕੀ ਕਿਹਾ? ਕਹਿੰਦੀ ਹੈ ਕਾਲਤ ਹੁਆ ਮਿਨ ਇੰਦਿਲਾ, ਇਹ ਮੈਨੂੰ ਰਿਜ਼ਕ ਮੇਰੇ ਅੱਲਾ ਦੀ ਤਰਫੋਂ ਮਿਲਿਆ। ਤੇ ਸਾਡੀ ਕੌਮ ਦਾ ਅੱਲਾ ਨਾਲ ਪਤਾ ਕਿੰਨਾ ਪਿਆਰ ਹੈ ਹਜ਼ਰਤ। ਗੱਡੀ ਜਦੋਂ ਮਿਲ ਜਾਏ ਨਾ ਚੰਗੀ, ਕੋਠੀ, ਬੰਗਲਾ, ਆਉਂਦੇ ਬਾਅਦ ਮੌਲੂ ਜੀ ਤੁਹਾਡਾ ਹੀ ਨਜ਼ਰੇ ਕਰਮ ਹੈ, ਤੁਹਾਡੀ ਤਫੈਲ ਹੀ ਸਭ ਕੁਝ ਮਿਲਿਆ। ਤੇ ਜਦੋਂ ਗੱਡੀ ਵੱਜਦੀ ਹੈ ਅੱਲਾ ਨੂੰ ਮਨਜ਼ੂਰ ਹੀ ਹੈ ਜੀ। ਜੋ ਨਫੇ ਦੀਆਂ ਗੱਲਾਂ ਲੋਕਾਂ ਵੱਲ ਤੇ ਘਾਟੇ ਦੀਆਂ ਗੱਲਾਂ, ਤੇ ਇਹਨੂੰ ਹੀ ਕਹਿੰਦੇ ਨੇ ਉਹਦੀ ਤੋਹੀਨ। ਚੱਲਿਆ ਖੈਰ ਦੀ ਨਿਸਬਤ ਵਾਈਜ਼ਾ ਮਰੀਸ ਤੋਂ ਬਹੁਆ ਯਸ਼ਫੀਨ, ਇਬਰਾਹਿਮ ਅਲੈਹਿਸ ਸਲਾਮ ਨੇ ਕਿਹਾ ਜਬ ਮੈਂ ਬਿਮਾਰ ਹੁੰਦਾ ਹੂੰ ਮੇਰਾ ਅੱਲਾ ਮੁਝੇ ਸ਼ਫਾ ਦੇਤਾ ਹੈ। ਨਬੀਆਂ ਨੇ ਖੈਰ ਦੀ ਨਿਸਬਤ ਕਿਹਦੇ ਵੱਲ ਕੀਤੀ ਹੈ ਤੇ ਘਾਟੇ ਦੀ ਨਿਸਬਤ ਕਿਹਦੇ ਵੱਲ ਕੀਤੀ? ਆਪਣੇ ਵੱਲ ਕੀਤੀ। ਹੁਣ ਮੇਰੀ ਗੱਡੀ ਦਾ ਟਾਇਰ ਜੋ ਉੱਥੇ ਫਟੇ ਤੇ ਮੈਂ ਅੱਲਾ ਤੇ ਪਾ ਦੇਵਾਂ? ਮੈਨੂੰ ਨਹੀਂ ਪਤਾ, ਮੈਂ ਨਜ਼ਰ ਨਹੀਂ ਆਉਂਦਾ ਵੀ ਇਹ ਟਾਇਰ ਕਿੰਨਾ ਘਸ ਗਿਆ ਤੇ ਮੈਂ ਬਦਲਾਂ। ਬੋਲੋ, ਹੁਣ ਸਾਈ ਕੋਈ ਵੀ ਬੰਦਾ ਉੱਥੇ ਬਾਹਰ ਜੁੱਤੀ ਲਾ ਕੇ ਆ ਜਾਵੇ ਤੇ ਉਹਨੂੰ ਪਤਾ ਵੀ ਹੋਵੇ ਉਹ ਜੁੱਤੀ ਅਗਲੇ ਵਟਾ ਕੇ ਲੈ ਵੀ ਜਾਂਦੇ ਤੇ ਫਿਰ ਆਖੇ ਅੱਲਾ ਨੂੰ ਮਨਜ਼ੂਰ ਹੀ ਇੰਜ ਸੀ, ਉਹ ਆਪਣੀ ਸਾਂਭ ਕੇ ਰੱਖੇ। ਸੱਚੀ ਗੱਲ ਕਰ ਰਿਹਾ ਨੇ ਬੈਠੇ, ਜੋ ਵੀ ਨੁਕਸਾਨ ਹੋ ਅੱਲਾ ਕਿਸੇ ਕਾ ਨੁਕਸਾਨ ਨਹੀਂ ਕਰਤਾ। ਅੱਲਾ ਕਹਿੰਦਾ ਬੰਦੇ ਕੀ ਆਪਣੀ ਕਰਤੂਤ ਕੀ